खबले ने गिदड़वाहा तो जिथे श्री मुक्तसर साहिब दे जलालाबाद रोड ते रिलायंस पंप नेड़े कार ते मोटरसाइकिल विचकार सीधी टक्कर हो गई जिस च मोटरसाइकिल सवार बजुर्ग दी मौके ते ही मौत हो गई अते दादी अते पोता बुरी तरह जख्मी हो गए। मृतक दी पछाण दर्शन सिंह पुत्र थाना सिंह उम्र 70 साल ते जख्मी मनदीप सिंह उर्फ दीपू उम्र 17-18 साल ते जख्मी दी माता प्रीत कौर पत्नी दर्शन सिंह 55 साल वजो हुई है। ਇੱਥੇ ਸੀਗੇ ਬਾਈ ਜਦੋਂ ਆਏ ਹੋਇਆ ਅਸੀਂ ਆ ਉੱਥੋਂ ਆਉਂਦੇ ਪਏ ਸੀਗੇ ਇਧਰੋਂ ਆ ਕੇ ਤੇ ਜਦੋਂ ਇੱਥੇ ਕਾਰ ਆਈ ਹੈ ਕਾਰ ਵਾਲੇ ਨੇ ਐਂ ਵੱਟਦੀ ਕਾਰ ਇਹ ਸਾਹਮਣੇ ਬਾਈ ਟੱਕਰ ਮਾਰੀ ਹੈ ਤੇ ਬਹੁਤ ਉੱਚੀ ਵੜ ਕੇ ਤੇ ਮੋਬਾਈਲ ਮੂਲ ਇਹਨਾਂ ਦਾ ਕੁਝ ਨਹੀਂ ਮਿਲਿਆ ਇੱਥੋਂ ਦੀ ਕਿੱਥੋਂ ਦੇ ਆ ਬੰਦੇ ਪਤਾ ਕੁਝ ਇਹ ਬਾਈ ਜਲਾਲਾਬਾਦ ਦੇ ਆ ਚੋਰ ਬੋਲਿਆ ਹੋਣਾ ਗੱਡੀ ਕਿੱਥੋਂ ਦੀ ਹੈ ਗੱਡੀ ਦਾ ਨਹੀਂ ਪਤਾ ਜੀ ਡਰਾਈਵਰ ਉਹ ਖੜਿਆ ਜੀ ਉਹਦੇ 'ਚ ਕਾਰਵਾਈ ਬੰਦੀ ਹੋ ਗਈ ਹਾਂ ਪਿੰਡ ਵਧਾਈ ਜੀ ਕੀ ਨਾਮ ਪਿੰਡ ਵਧਾਈ ਦੇ ਰਾਜੂ ਸਿੰਘ ਕੀ ਘਟਨਾ ਕੀ ਹੋਈ ਹੈ ਜੀ ਇਹ ਜੀ ਐਕਸੀਡੈਂਟ ਹੋਇਆ ਬਹੁਤ ਤਕੜਾ ਸਰਕਾਰ ਵਾਲਾ ਬਹੁਤ ਤੇਜ਼ ਸੀ ਫਾਦਰ ਸਾਹਿਬ ਮੰਮੀ ਦੀ ਐਨਕ ਲੈਣ ਗਏ ਅੱਖ ਬਣੀ ਸੀ ਉਹ ਲੈ ਕੇ ਆਈ ਜਾਂਦੇ ਸੀ ਐਨਕ ਕਿੱਥੋਂ ਆ ਰਹੇ ਸੀਗੇ ਮੁਕਤਸਰ ਚ ਆ ਗਏ ਆ ਰਹੇ ਸੀ ਤੇ ਕਾਰ ਵਾਲਾ ਕਿੱਥੋਂ ਆ ਰਿਹਾ ਕੋਈ ਪਤਾ ਲੱਗਿਆ ਕਾਰ ਵਾਲਾ ਆਏ ਜਾਂਦੇ ਪਤਾ ਨਹੀਂ ਸਰ ਕਿੱਥੋਂ ਆਏ ਉਹ ਫਰਾਰ ਹੀ ਹੋ ਗਏ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਸਰ ਕਿੱਥੋਂ ਆਈ ਜਾਂਦੇ ਕਿੱਥੋਂ ਨਹੀਂ ਆਈ ਜਾਂਦੇ ਸਰ ਤੁਸੀਂ ਕਿੰਨੇ ਭੈਣ ਅਸੀਂ ਮੰਨ ਲਓ ਚਾਰ ਭੈਣਾਂ ਨੇ ਦੋ ਭਰਾ ਆਏ ਸੀ ਸਰ ਕਿੰਨੀਆਂ ਕੁ ਸੱਟਾਂ ਕਿੰਨੀਆਂ ਕੁ ਸੱਟਾਂ ਉਹਨਾਂ ਦੇ ਵੀ ਕਾਫੀ ਲੱਗੀਆਂ ਨੇ ਇਹਦੇ ਵੀ ਮੰਨ ਲਓ ਡੈਡੀ ਦੇ ਤਾਂ ਮੰਨ ਲਓ ਖਤਮ ਹੀ ਹੋ ਗਿਆ ਜੇ ਸਾਨੂੰ ਹੱਡੀ ਲੱਤ ਟੁੱਟ ਗਈ ਜੇ ਸਾਨੂੰ ਜਮਾਂ ਹੀ ਖਤਮ ਹੋ ਗਈ ਮੋਟਰਸਾਈਕਲ ਦੀ ਹਾਲਤ ਵੇਖ ਲੋਕੇ ਸਾਨੂੰ ਤਕੜਾ ਇੰਸੀਡੈਂਟ ਇੰਨਾ ਹੋਇਆ ਤੇ ਬਹੁਤ ਜ਼ਿਆਦਾ ਕੀ ਹੋਣਗੇ ਸਰ ਜੀ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਸਾਡੀ ਤਾਂ ਮੰਗ ਇਹੀ ਹੈ ਸਰ ਐਕਸੀਡੈਂਟ ਹੋਇਆ ਇੱਕ ਗੱਡੀ ਦਾ ਅਤੇ ਇੱਕ ਮੋਟਰਸਾਈਕਲ ਦਾ ਕਿੰਨੇ ਜਣੇ ਡੈਥ ਹੈ ਅਤੇ ਕਿੰਨੇ ਕੁ ਇੰਜਰਡ ਹੈ ਸਰ ਇੱਥੇ ਜਲਾਲਾਬਾਦ ਰੋਡ 'ਤੇ ਰਿਲਾਇੰਸ ਪੰਪ ਦੇ ਸਾਹਮਣੇ ਜਿਹੜਾ ਮੋਟਰਸਾਈਕਲ ਅਤੇ ਦੂਜਾ ਕਾਰ ਦਾ ਐਕਸੀਡੈਂਟ ਹੋਇਆ ਇਹਦੇ 'ਚ ਇੱਕ ਬਜ਼ੁਰਗ ਜਿਹੜੇ ਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ ਇੱਥੇ ਦੂਸਰੇ ਜਿਹੜੇ ਅਸੀਂ ਉਹ ਹਸਪਤਾਲ ਭੇਜਦੇ ਹੈ ਅਤੇ ਮੌਕੇ ਦੇ ਮੁਤਾਬਕ ਜੋ ਬਣਦੀ ਕਾਰਵਾਈ ਉਹ ਕਰੀ ਜਾਂਦੇ ਹੈ ਪਤਾ ਲੱਗਿਆ ਸਰ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਕਾਰ ਵਾਲਾ ਕਿੱਥੋਂ ਆ ਰਿਹਾ ਸੀ ਮੋਟਰਸਾਈਕਲ ਵਾਲੇ ਕਿੱਥੋਂ ਆ ਰਹੇ ਸੀ ਇਹ ਪਤਾ ਕਿ ਇਹਨਾਂ ਤੋਂ ਪੁੱਛਦਾਸ ਕਰਨ 'ਤੇ ਪਤਾ ਲੱਗਿਆ ਵੀ ਮੋਟਰਸਾਈਕਲ ਸ਼੍ਰੀ ਮੁਕਤਸਰ ਸਾਹਿਬ ਤੋਂ ਆ ਰਿਹਾ ਸੀ ਜਿਹੜੇ ਕਾਰ ਵਾਲੇ ਜਲਾਲਾਬਾਦ ਸਾਈਡ ਤੋਂ ਆ ਰਹੇ ਸੀ ਅਤੇ ਜਿਹੜੇ ਮੋਟਰਸਾਈਕਲ ਸਵਾਰ 'ਚੋਂ ਕੋਈ ਇੰਜਰਡ ਹੋਇਆ ਜਾਂ ਕੋਈ ਕਾਰ ਸਵਾਰ 'ਚੋਂ ਕਾਰ ਸਵਾਰ ਤਾਂ ਹੀ ਸਾਨੂੰ ਅਜੇ ਮਿਲੇ ਨਹੀਂ ਕੋਈ ਆ ਕਾਰ ਖੜੀ ਹੈ ਅਤੇ ਮੋਟਰਸਾਈਕਲ ਸਵਾਰ ਜਿਹੜੇ ਇੱਕ ਵਿਅਕਤੀ ਜਿਹੜਾ ਦਰਸ਼ਨ ਸਿੰਘ ਉਮਰ 70 ਸਾਲ ਉਹਦੀ ਡੈਥ ਹੋ ਗਈ ਹੈ ਦੂਸਰੇ ਹਸਪੀਟਲ ਭੇਜੇ ਗਏ ਉਹਦੇ ਵਿੱਚ ਕੌਣ ਕੌਣ ਸੀ ਮੋਟਰਸਾਈਕਲ ਸਵਾਰ ਤੇ ਉਹਦੇ ਮੋਟਰਸਾਈਕਲ ਦੇ ਸਵਾਰ ਇਹਨਾਂ ਦੀ ਇੱਕ ਤਾਂ ਵਾਈਫ ਹੀ ਦੱਸੀ ਜਾਂਦੀ ਹੈ ਜੀ ਇੱਕ ਇਹਨਾਂ ਦਾ ਬੇਟਾ ਜੀ ਆ ਪੋਤਰਾ ਸੋਰੀ ਪੋਤਰਾ ਇਹਨਾਂ ਦਾ ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ